ਗੱਲਾਂ ਤੇ ਗੁਰੂਆਂ ਨੇ ਸ਼੍ਰੀ ਗੁਰੂ ਗ੍ਰੰਥ ਵਿੱਚ ਸਮੇਂ ਸਮੇਂ ਰਾਗਾਂ ਵਿੱਚ ਬਾਣੀਆਂ ਉਚਾਰੀਆਂ, ਮਹਿਮਾ ਕੀਤੀ ਬਾਣੀ ਤੇ ਨਿਰੋਲ ਪ੍ਰਮਾਤਮਾ ਵੀ ਤਾਂ ਗੁਰੂ ਗ੍ਰੰਥ ਵਿੱਚ ਗਈਆਂ ਸਤਿਕਾਰੀਆਂ। ਰਾਗ ਦੇ ਰਾਗੀਆਂ ਡਾਚੇ ਤਾਂ ਗਾਉਂਦੀਆਂ ਨੇ, ਵੇਖੋ ਕਰਕੀ ਰਾਗਾਂ ਵਿੱਚ ਬਾਣੀਆਂ ਸ਼ਿੰਗਾਰੀਆਂ। ਸ਼੍ਰੋਮਣੀ ਗ੍ਰੰਥ ਇਹ ਨੂੰ ਮੰਨਿਆ ਹੈ ਸਾਰਿਆਂ ਨੇ, ਸੰਤਾਂ ਮਹਾਤਮਾ ਤੇ ਸਭੇ ਸੰਸਾਰੀ। ਨਾਮੀ ਦੀ ਥਾਲ ਵਿੱਚ ਸਤ ਸੰਤੋਖ ਪਾਇਆ, ਇੱਕ ਓਅੰਕਾਰ ਦੀਆਂ ਵੱਖਰੀਆਂ ਸ਼ਾਨਾਂ ਨੇ। ਕਿਹੜੀ ਕਿਹੜੀ ਮਹਿਮਾ ਦੱਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂਆਂ ਦਾ ਰੂਪ ਰੱਬੀ ਬਾਣੀ ਦਾ ਖਜ਼ਾਨਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਨੂੰ ਨਤਮਸਤਕ ਹੁੰਦੇ ਹੋਏ ਦੋਵੇਂ ਹੱਥ ਜੋੜ ਕੇ ਮਾਈ ਅਤੇ ਭਾਈ ਸਰਬੱਤ ਸੰਗਤਾਂ ਇੱਕ ਵਾਰ ਕਹਿਣ ਲਿਆ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਨ ਪਵਿੱਤਰ ਅਖਾੜਾ ਜਿੱਥੇ ਸੰਗਰਾਮ ਦੇ ਹੜ ਹੈ, ਸਾਰਾ ਮਹੀਨੇ ਦੀ ਸੰਗਰਾਮ ਮਨਾਈ ਜਾ ਰਹੀ ਹੈ। ਅਭਿਆਸ ਜਿਹੜਾ ਵੀ ਰਹੇਗਾ, ਪ੍ਰਗਟਾ ਉਹੀ ਰਹੇਗਾ ਜੋ ਕੱਲ੍ਹ ਦੇ ਦਿਨੇ ਆਪਾਂ ਵਿਸ਼ਾ ਆਰੰਭ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਝੱਜ ਵਿੱਚੋਂ, ਪਰ ਅੱਜ ਦੇ ਮਹਾਂਪੁਰਖ ਦਿਹਾੜੇ ਦੀ ਗੱਲ ਕਰਨ ਲਈ ਸਾਡਾ ਅਫਸਰ ਬਣਦਾ ਹੈ। ਬੜਾ ਮਾਣ ਦਾ ਅਭਿਆਸ ਹੈ ਸਾਡਾ, ਭਾਵੇਂ ਉਹ ਗੁਰੂ ਸਾਹਿਬਾਨਾਂ ਦਾ ਹੋਵੇ, ਭਾਵੇਂ ਸਿੱਖਾਂ ਦਾ ਹੋਵੇ, ਭਾਵੇਂ ਸ਼ਹੀਦਾਂ ਦਾ ਹੋਵੇ। ਸਾਨੂੰ ਮਾਣ ਹੈ ਆਪਣੇ ਸ਼ਹੀਦਾਂ ਉੱਤੇ, ਸਾਨੂੰ ਮਾਣ ਹੈ ਸਿੱਖਾਂ ਉੱਤੇ ਜਿਹਨਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਿਆ ਹੋਇਆ। ਗੁਰੂ ਕੀ ਸਾਧ ਸੰਗਤ ਗੁਰਬਾਣੀ ਦੇ ਉਸ ਤੁਕ ਉੱਤੇ, ਉਸ ਮਹਾਨ ਪ੍ਰਗਤੀ ਉੱਤੇ ਪੈਰ ਦਿੱਤਾ ਕਿ ਸੂਰਾ ਜੋ ਪਹਿਚਾਨੀ ਹੈ ਜੋ ਨਰੈ ਜੀਣ ਕੇ ਹੇਤ ਪੁਰਜਾ ਪੁਰਜਾ ਕਰ ਪਰਮਾਇਆ ਕਰੋ ਨਾ ਛੱਡ ਹੈ ਕੀ ਜਿੱਥੇ ਸੰਗਰਾਮ ਦਾ ਧਿਆਨ ਲਾਇਆ ਜਾ ਰਿਹਾ ਹੈ ਉਹਦੇ ਨਾਲ ਨਾਲ ਆ ਜਿਓ। ਹਥਿਆਰ ਦੇ ਸੁਨਹਿਰੀ ਬਣੇ ਅਤੇ ਖੂਨ ਦੇ ਨਾਲ ਲਿਖੇ ਹੋਏ ਅੱਖਰ ਉਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਅੱਜ ਦੇ ਦਿਨ ਮੈਂ ਬੇਨਤੀ ਕਰਾਂ ਕੇਸਾਂ ਦੀ ਸੰਭਾਲ ਵਾਸਤੇ ਹਰ ਸੰਪਰਦਾ ਹਰ ਇੱਕ ਮਨੁੱਖ ਦਾ ਗੁਰੂ ਨਾਲ ਮਿਲਿਆ ਹੋਇਆ ਹੈ, ਉਹ ਚਾਹੁੰਦਾ ਹੈ ਕਿ ਮੇਰੀ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ, ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਉਹ ਗੁਰੂ ਨਾਲ ਜੁੜੀ ਰਹੇ। ਉਹ ਬੜਾ ਇਸ ਗੱਲ ਤੋਂ ਚਿੰਤਤ ਹੈ। ਗੁਰੂ ਕੀ ਸਾਧ ਸੰਗਤ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਜਿਹੜਾ ਹੈ, ਭਾਈ ਤਾਰੂ ਸਿੰਘ ਸਾਹਿਬ ਜਿਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਨਾਨਕਾਂ ਦੇ ਸੰਗਤਾਂ ਜਿੱਥੇ ਬੈਠੀਆਂ ਬੜੇ ਭਾਵਪੂਰਤ ਅਤੇ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੀਆਂ ਨੇ, ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਦਾ ਪ੍ਰਵਾਨ ਹੈ ਜਾ ਤੋ ਹਰ ਰੰਗ ਲਾ ਕੋ ਇਸ ਯੁੱਗ ਮੈਂ ਸੋ ਕਹੀਅਤ ਹੈ ਪੂਰਾ ਪੂਰਾ ਕਰਤਾਰ ਲੋਕ ਉਹ ਕੌਮ ਜਵਾਨੀਆਂ ਆਉਂਦੀ ਹੈ ਜਦੋਂ ਡੁੱਲਾ ਜਵਾਨੀਆਂ ਦਾ ਉਸ ਕੌਮ
ਲੀਡਰ ਕਿਸਾ ਚੱਲਦਾ ਰਹੂ, ਕੁਰਬਾਨੀਆਂ ਦਾ ਕਿਸਾ ਚੱਲਦਾ ਰਹੂ, ਕੁਰਬਾਨੀਆਂ ਦਾ। ਅੱਜ ਵੀ ਮਹਾਨ ਪੁਰਸ਼ ਗੁਰੂ ਕੀ ਸਾਧ ਸੰਗਤ ਉਸ ਸੂਰ ਵੀਰ ਬਚਨ ਕੇ ਬਲੀ ਭਾਈ ਤਾਰੂ ਸਿੰਘ ਸਾਹਿਬ ਦਾ ਪਾਵਨ ਪਵਿੱਤਰ ਸ਼ਹੀਦ ਰਾਗੇ ਗੁਰੂ ਕੀ ਸਾਧ ਸੰਗਤ ਉਹਨਾਂ ਦੇ ਕਮਾਈ ਦਾ ਧਿਆਨ ਕਰ ਗਿਆ ਕੋਈ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਇੰਨਾ ਨਹੀਂ ਕਿ ਮੈਂ ਹੋਰ ਕੇ ਸਾਰਾ ਵੀ ਡੱਸ ਸਕਾਂ। ਸੋ
ਹੋਈਆਂ ਨਾਥ ਪਿੰਡ ਇਹੋ ਜਿਹੀ ਦੋ ਦਿਸ਼ਾ ਅੱਗੇ ਕਦੇ ਹੋਈਆਂ ਕਹਿੰਦੇ ਹੋ ਨਾ ਮਾਤਾ ਕਦੇ ਹੋਇਆ ਹੀ ਨਹੀਂ ਸਾਡੇ ਕੋਲ ਬੜੀਆਂ ਬੜਾ ਮਾਤਾ ਸਾਡੇ ਜਾਣਦਾ ਹੈ ਸਾਡੇ ਉਹ ਬੜਾ ਕਰਾ ਮਾਤੀ ਹੈ ਆਰੰਭ ਕੇ ਜਦੋਂ ਪੇਸ਼ ਨਾ ਕਹੀ ਗਈ ਕੋਈ ਗੁਰੂ ਕੀ ਸਾਧ ਸੰਗਤ ਤੇ ਆਪਣੀਆਂ ਬਹੁੜੀਆਂ ਮਿਰਗ ਸਾਰਾ ਸਾਰਾ ਇੱਕ ਲੈ ਕੇ ਧਰਤੀ ਦੇ ਫੇਰ ਆ ਗਏ ਇਹ ਫੇਰ ਆ ਜਾਣਾ ਹੈ ਗੁਰੂ ਜਗਤਾਰ ਸਿੰਘ ਸਰਗੀ ਤਰਨਜੀਤ ਸਿੰਘ ਦਰਿੰਦਰ ਸਿੰਘ